सब्सक्राइब करो NC7 न्यूज नु ते लेटेस्ट अपडेट पाउन ले प्रेस करो बेल आइकन। सूबे भर दे विच कोरोना पॉजिटिव केसां दी गिनती च लगातार वाधा हो रहा है, जिस दे चलदे पंजाब सरकार दे वल्लों शाम 7 बजे तो लैके सवेरे 5 बजे तक नाइट कर्फ्यू दा ऐलान कीता गया सी ते शनिवार अते एतवार नूं पूर्ण लॉकडाउन दा ऐलान भी जारी कीता गया। पर खन्ना शहर च जिथे कोरोना महामारी ने अपने पैर पसारे हुए ने, उथे खन्ना शहर दीआं तस्वीरां बेहद हैरानीजनक ते परेशान करन वालीआं ने। शराब दे ठेके रात 10:15 बजे तक खुले विखाई दिते ते इथे सरकार दे नियमां दीआं धज्जियां शरेआम उड़दीआं होईआं विखाई दित्तीआं ने। इन्हां ठेकेआं दे शटर तां बंद सन, पर फिर भी शराब बेची जा रही है। ਕਿੰਨੇ ਵਜੇ ਤੱਕ ਦਾ ਟਾਈਮ ਹੈ? 10 ਵਜ ਗਏ ਹੈ? ਇਹ ਕਿੰਨੇ ਵਜੇ ਤੱਕ ਦਾ ਟਾਈਮ ਹੈ ਖੋਲਣ ਦਾ? 10 ਵਜੇ ਪਏ ਨੇ ਹੁਣ ਤਾਂ। ਵੀਰ ਜੀ ਕਿੰਨੇ ਵਜੇ ਤੱਕ ਦਾ ਟਾਈਮ ਹੈ ਠੇਕੇ ਦਾ? ਕਿੰਨੇ ਵਜੇ ਤੱਕ ਦਾ ਟਾਈਮ ਹੈ? ਇਸੇ ਤਰ੍ਹਾਂ ਦੂਜੇ ਪਾਸੇ ਬਠਿੰਡਾ ਦੇ ਸ਼ਹਿਰ ਰਾਮਪੁਰਾ ਫੂਲ ਚ ਵੀ ਲੋਕ ਕੋਰੋਨਾ ਮਹਾਮਾਰੀ ਦੀ ਪਰਵਾਹ ਨਾ ਕਰਦੇ ਨਜ਼ਰ ਆਏ। ਹਰ ਪਾਸੇ ਭੀੜ, ਸੋਸ਼ਲ ਡਿਸਟੈਂਸ ਦੀ ਸ਼ਰੇਆਮ ਧੱਜੀਆਂ। ਤਸਵੀਰਾਂ ਸਾਹਮਣੇ ਆਈਆਂ ਬੈਂਕ ਬਾਜ਼ਾਰ ਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਮੇਨ ਗੇਟ ਦੀਆਂ। HDFC ਨੂੰ ਕੰਟੇਨਮੈਂਟ ਜ਼ੋਨ ਦਾ ਐਲਾਨਿਆ ਗਿਆ, ਪਰੰਤੂ ਲੋਕਾਂ ਦਾ ਆਉਣਾ ਜਾਣਾ ਜਾਰੀ ਹੈ। ਸੱਚ ਪੁੱਛੋ ਤਾਂ ਇੰਝ ਲੱਗਦਾ ਹੈ ਕਿ ਰਾਮਪੁਰਾ ਫੂਲ ਦੇ ਲੋਕ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਪ੍ਰਤੀ ਜਾਂ ਤਾਂ ਜਾਗਰੂਕ ਨਹੀਂ ਨੇ, ਜਾਂ ਫਿਰ ਜਾਣਬੁੱਝ ਕੇ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਨੇ।